ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ। ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਅੱਜ ਦੀ ਵੀਡੀਓ 'ਚ ਅਗਰ ਆਪਾਂ ਗੱਲ ਕਰੀਏ ਤਾਂ ਜੀ, 3 ਤੋਂ 4 ਜਿਹੜੇ ਵੀਜ਼ਾ ਜਾਂ ਰਿਫਿਊਜ਼ਲਸ ਮੈਨੂੰ ਰੀਸੈਂਟਲੀ ਜਾਂ ਮੇਰੇ ਐਕਸਪੀਰੀਅੰਸ ਦੇ ਵਿੱਚ ਜਿੰਨੇ ਕੇਸਿਸ ਆਏ ਸੀ, ਉਹਨਾਂ 'ਚੋਂ 3 ਤੋਂ 4 ਇਹੋ ਜਿਹੇ ਕੇਸ ਆ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਜਿਹਦੇ ਵਿੱਚ ਕਿ ਏਜੰਟਸ ਕਹਿੰਦੇ ਨੇ ਕਿ ਸਾਨੂੰ ਅਕਾਊਂਟ 'ਤੇ 10-20 ਲੱਖ ਰੁਪਏ ਚਾਹੀਦਾ, ਫਿਰ ਹੀ ਤੁਹਾਡਾ ਵੀਜ਼ਾ ਆਏਗਾ। ਗਰੰਟੀ ਉਦੋਂ ਵੀ ਨਹੀਂ ਲੈਂਦੇ, ਬਟ ਕਹਿੰਦੇ ਨੇ ਜੀ ਤੁਹਾਡੇ ਅਕਾਊਂਟ 'ਚ ਚਾਹੀਦੇ ਨੇ, ਨਹੀਂ ਤਾਂ ਅਸੀਂ ਸ਼ੋ ਕਰਵਾ ਦਾਂਗੇ, ਐਂ ਕਰ ਦਾਂਗੇ, ਉਹ ਕਰ ਦਾਂਗੇ, ਸਿਰਫ ਫਰੋਡਬਾਜ਼ੀਆਂ ਜਾਂ ਮੱਖਣ ਲਾਉਣਾ ਹੁੰਦਾ ਵਾ। ਸੋ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਮੈਂ 3 ਤੋਂ 4 ਇਹੋ ਜਿਹੇ ਕੇਸ ਸ਼ੇਅਰ ਕਰੂੰਗਾ ਜਿਹਦੇ ਅਕਾਊਂਟ 'ਚ ਸਿਰਫ 1,18,000 ਰੁਪਇਆ ਸੀ, ਜਾਂ 2.5-2.5 ਲੱਖ ਰੁਪਇਆ ਸੀਗਾ, ਜਾਂ 6-7 ਲੱਖ ਰੁਪਇਆ ਸੀ, ਉਹਨਾਂ ਦੇ ਵੀਜ਼ਾ ਪਏ ਨੇ। ਤੇ ਜਿਹੜੇ ਆ 10-10, 20-20 ਲੱਖ ਵਾਲੀ ਗੱਲ ਕਰਦੇ ਨੇ, ਤਾਂ ਮੇਰੇ ਕੋਲ 30 ਲੱਖ ਰੁਪਇਆ ਵਾਲਾ ਕੇਸ ਪਿਆ ਹੋਇਆ ਜਿਹੜਾ ਕਿ ਰਿਫਿਊਜ਼ ਹੋਇਆ। ਠੀਕ ਹੈ ਜੀ, ਸੋ ਸਾਰੇ ਕੇਸਿਸ ਦੀ ਗੱਲ ਕਰਾਂਗੇ ਜਿਹੜੇ ਕਹਿੰਦੇ ਜੀ 10-10 ਲੱਖ ਰੁਪਏ ਅਕਾਊਂਟ 'ਚ, ਤੇ ਹੋਇਆ 10 ਲੱਖ ਆਇਆ ਕਿੱਥੋਂ ਹੈ, ਤੁਸੀਂ ਫੰਡ ਦਿਖਾ ਰਹੇ ਹੋ ਕਿੱਥੋਂ ਆ ਰਹੇ, ਸਾਡੀ ਸੋਰਸ ਆਫ ਇਨਕਮ 'ਤੇ ਦੇਖ ਨਹੀਂ ਰਹੇ। ਸੋ ਬਹੁਤ ਸਾਰੀਆਂ ਚੀਜ਼ਾਂ ਜੋ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ। ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਦੇਖਿਓ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਸਪੋਰਟ ਵੀ ਬਣਾਈ ਰੱਖਿਓ। ਆਉਣ ਵਾਲੇ ਦਿਨਾਂ 'ਚ ਵੀ ਤੁਹਾਨੂੰ ਇਹੋ ਜਿਹੀਆਂ ਅਪਡੇਟਸ ਮਿਲਦੀਆਂ ਰਹਿਣਗੀਆਂ। ਸੋ ਗੱਲ ਕਰੀਏ ਜੀ, ਦੇਖੋ ਮੈਂ ਹਰੇਕ ਵੀਡੀਓ 'ਚ ਪਹਿਲਾਂ ਹੀ ਕਲੀਅਰ ਕਰ ਦਿੰਦਾ ਹੁੰਦਾ ਕਿ ਮੈਂ ਏਜੰਟ ਨਹੀਂ ਹੈਗਾ, ਮੈਨੂੰ ਕੋਈ ਲੈਣ ਦੇਣ ਨਹੀਂ ਕਿ ਮੈਂ ਤੁਹਾਨੂੰ ਕਿਸੇ ਤਰੀਕੇ ਨਾਲ ਮੱਖਣ ਲਾਵਾਂ, ਜਾਂ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਕਿ ਮੈਂ ਤੁਹਾਡੀ ਫਾਈਲ ਕਰਾਂ। ਫਾਈਲਾਂ ਮੈਂ ਹੁਣ ਵੀ ਕਰਦਾ, ਮੇਰੇ ਕੋਲ ਆਲਰੇਡੀ ਮੇਰੇ ਰੈਫਰੈਂਸ ਤੋਂ ਕਾਫੀ ਫਾਈਲਸ ਆ ਜਾਂਦੀਆਂ, ਮੈਂ ਐਜ਼ ਅ ਫ੍ਰੀਲਾਂਸਰ ਕਾਫੀ ਕੰਮ ਕਰਦਾ, ਮੇਰੇ ਆਪਣੇ ਯੂਟਿਊਬ ਚੈਨਲ 'ਚ ਵੀ ਹੈ, ਬਟ ਮੈਨੂੰ ਕੋਈ ਲੈਣ ਦੇਣ ਨਹੀਂ ਕਿ ਮੈਂ ਤੁਹਾਨੂੰ ਮੱਖਣ ਲਾਵਾਂ, ਗਲਤ ਸਲਾਹ ਦੇਵਾਂ ਤਾਂ ਕਿ ਤੁਸੀਂ ਮੇਰੇ ਤੋਂ ਫਾਈਲ ਕਰਵਾਓ, ਕੁਛ ਨਹੀਂ, ਮੈਨੂੰ ਕੋਈ ਲੈਣ ਦੇਣ ਨਹੀਂ, ਤੁਸੀਂ ਖੁਦ ਫਾਈਲ ਲਾਉਣੀ ਆ, ਤੁਹਾਨੂੰ ਹਰੇਕ ਵੀਡੀਓ ਮੇਰੇ ਚੈਨਲ ਦੇ ਉੱਤੇ ਮਿਲ ਜੂਗੀ। ਡਾਕੂਮੈਂਟ ਦੀ ਵੀਡੀਓ ਹੋ ਗਈ, ਜੀਟੀਕੇ ਦੀ ਵੀਡੀਓ ਹੋ ਗਈ, ਬਾਇਓਮੈਟ੍ਰਿਕ ਕਿੱਦਾਂ ਬੁੱਕ ਕਰਨੀ, ਹਰੇਕ ਚੀਜ਼ ਦੀ ਵੀਡੀਓ ਤੁਹਾਨੂੰ ਮਿਲ ਜੂਗੀ। ਇਨ ਕੇਸ ਤੁਹਾਨੂੰ ਨਹੀਂ ਕੋਈ ਸਮਝ ਲੱਗਦਾ ਤਾਂ ਇੰਸਟਾਗ੍ਰਾਮ ਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਹੈਗਾ ਵਾ, ਤੁਸੀਂ ਫਾਈਲ ਖੁਦ ਤੋਂ ਲਾਉਣੀ ਆ, ਕੁਛ ਮੇਰੇ ਤੋਂ ਹੈਲਪ ਚਾਹੀਦੀ ਤਾਂ ਮਾੜੀ ਮੋਟੀ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ। ਮੈਂ ਪੂਰੀ ਕੋਸ਼ਿਸ਼ ਕਰੂੰਗਾ ਤੁਹਾਨੂੰ ਇੰਸਟਾਗ੍ਰਾਮ 'ਤੇ ਰਿਪਲਾਈ ਕਰ ਸਕਾਂ। ਬਟ ਇੱਕ ਰਿਕੁਐਸਟ ਇਹ ਵੀ ਹੈ ਕਿ ਜਿਹਨਾਂ ਨੂੰ ਫਾਈਲਾਂ ਬਾਰੇ ਥੋੜ੍ਹੀ ਬਹੁਤੀ ਨੌਲੇਜ ਹੈਗੀ ਹੈ, ਜਾਂ ਇਸ ਲਾਈਨ 'ਚ ਥੋੜ੍ਹਾ ਬਹੁਤ ਐਕਸਪੀਰੀਅੰਸ ਹੈਗਾ ਵੀ ਹਾਂ ਫਾਈਲ ਕਿੱਦਾਂ ਲਾਈ ਦੀ ਕੀ ਹੈ, ਉਹੀ ਮੇਰੇ ਵੀਰ ਸਿਰਫ ਉਸ ਵੀਡੀਓ ਦਾ ਫਾਇਦਾ ਲੈਣ। ਜਿਹੜੇ ਬਿਲਕੁਲ ਜ਼ੀਰੋ ਇਸ ਫਾਈਲਿੰਗ ਦੇ ਲਾਈਨ 'ਚ ਨੌਲੇਜ ਰੱਖਦੇ, ਕੁਛ ਨਹੀਂ ਪਤਾ ਵੀ ਹਾਂ ਵੀ ਫਾਈਲ ਕਿੱਦਾਂ ਲਾਈ ਦੀ, ਫਸਟ ਟਾਈਮ ਅਟੈਂਪਟ ਕਰ ਰਹੇ ਨੇ, ਉਹਨਾਂ ਨੂੰ ਰਿਕੁਐਸਟ ਹੈ ਕਿ ਯਾਰ ਮਿਸਟੇਕ ਨਾ ਕਰਿਓ। ਤੁਹਾਡੀ ਛੋਟੀ ਜਿਹੀ ਫਾਰਮ ਫਿਲਿੰਗ ਦੀ ਮਿਸਟੇਕ 'ਤੇ ਵੀਜ਼ਾ ਆਉਣ ਦੇ ਬਾਅਦ ਵੀ ਤੁਸੀਂ ਟਰੈਵਲ ਨਹੀਂ ਕਰ ਸਕਦੇ, ਜਾਂ ਫਿਰ ਤੁਹਾਡੀ ਲਾਪਰਵਾਹੀ ਕੁਛ ਨਾ ਕੁਛ ਤੁਹਾਨੂੰ 5 ਸਾਲ ਦਾ ਬੈਨ ਵੀ ਕਰਵਾ ਸਕਦੇ। ਸੋ ਗੱਲ ਕਰੀਏ ਜੀ, ਜਿਹੜੇ ਏਜੰਟ ਕਹਿੰਦੇ ਜੀ ਅਕਾਊਂਟ 'ਚ 10-10, 20-20 ਲੱਖ ਰੁਪਏ ਚਾਹੀਦਾ, ਉਹ ਕੀ ਸਟੋਰੀ ਆ। ਮੇਰੇ ਕੋਲ 4 ਕੇਸਿਸ ਆ ਜੋ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸਭ ਤੋਂ ਪਹਿਲਾਂ ਜੀ, ਜਿਹਦੇ ਅਕਾਊਂਟ ਸਿਰਫ 1,18,000 ਸੀਗਾ, ਉਹਨਾਂ ਦਾ ਵੀਜ਼ਾ ਵੀ ਆਇਆ ਹੋਇਆ। ਦੂਸਰਾ ਕੇਸ ਹੈ ਜੀ, ਉਹਦੇ ਅਕਾਊਂਟ 'ਚ ਸੀਗਾ ਜੀ 2,48,000 ਦੇ ਆਸ ਪਾਸ, ਜਿਹਦੇ 'ਚ ਸਿਰਫ 2 ਜਾਂ 2.25 ਲੱਖ ਰੁਪਇਆ ਖੜੇ ਪੈਰ ਪਾਇਆ ਹੋਇਆ ਵਾ। ਠੀਕ ਹੈ, ਜਾਂ ਖੜੇ ਪੈਰ ਉਸ ਅਕਾਊਂਟ 'ਚ ਐਂਟਰੀ ਵੱਜੀ ਹੋਈ ਹੈ। ਨੋਰਮਲੀ ਉਸ 3 ਮਹੀਨੇ ਦੇ ਅਕਾਊਂਟ 'ਚ ਗੱਲ ਕਰਾਂ ਤਾਂ ਜੀ ਸ਼ਾਇਦ 20-25-40,000 ਦੇ ਆਸ ਪਾਸ ਹੀ ਘੁੰਮਦੇ ਹੋਣਗੇ। ਠੀਕ ਹੈ ਜੀ, ਉਹ ਹੋ ਗਿਆ। ਤੀਸਰਾ ਕੇਸ 6-7 ਲੱਖ ਰੁਪਏ ਦਾ, ਫੁੱਲ ਫੈਮਿਲੀ ਬੁਲਾਇਆ ਮਦਰ ਦੂਸਰੀ ਚੀਜ਼ ਉਸ ਪੁਆਇੰਟ ਕੀ ਹੋਇਆ, ਉਹਨੇ ਆਪਣੇ 1,18,000
2-2.5 ਲੱਖ ਰੁਪਏ ਦੇ ਉਹਨਾਂ ਦੇ ਟਿਕਟਾਂ ਹੋ ਗਈਆਂ, 2-2.5 ਲੱਖ ਰੁਪਏ ਉਹਨਾਂ ਦਾ ਖਾਣ ਪੀਣ ਰਹਿਣ ਸਹਿਣ ਘੁੰਮਣਾ ਫਿਰਨਾ ਸਾਰਾ ਹੋ ਗਿਆ।
चार तो पांच लाख का खर्चा थी, उन्होंने थोड़ा जा एक्स्ट्रा दिखाता कि अगर कोई मेडिकल प्रॉब्लम हेल्थ प्रॉब्लम कुछ भी होंगे तो साढ़े को दो ढाई लाख रुपया फालतू पाया, कोई दस भी लाख नहीं दिखाया, पांच सात लाख के वीजा उन्हों का आया वो भी होटल से, इतने 30 लाख वाला रिजेक्ट हो गया। क्यों? क्योंकि जो 30 लाख अकाउंट से पाया उसका कोई हिसाब नहीं, हरेक महीने आप ट्रैवल कर रहे हैं, पैसे भी कमा रहे हैं, चलो अपने सोर्स ऑफ इनकम से भी मैं 7-8 लाख रुपये कमा रहा साल का, उनकी तुम ITR भरती, ITR दिखाती, हरेक महीने ट्रैवल कर रहे हो, चंगी ट्रैवल हिस्ट्री वो दिखाती, जो 7-8 लाख कमा रहे हो तो यार 30 लाख रुपये तुम सेव किस तरीके ना किया है, जो 30 लाख सेव कर रहे हो तो मतलब कि थोड़ी कमाई का साधन वाद है, वो तुम शो नहीं कर रहे, जो आज चीज़ें एक दूजे मैच नहीं ना करती वीजा के चांसिस उत ही घट जाते, रिफ्यूजल के चांसिस उत ही बढ़ जाते, बिना देखे उस केस में ज्यादा कुछ ना स्टडी किए हथों हथे रिजैक्ट होने के चांसिस बन जाते हैं, आए ही होंगे तो आए ही केस ज्यादातर रिजैक्ट होंगे ने। तो दोस्तों अज की वीडियो बस आही 3-4 केस स्टडी जो थोड़े न शेयर करनी थी अज की वीडियो बस इन, वीडियो चंगी लगे तो वीडियो में लाइक तो चैनल में सबसक्राइब करके अपना सपोर्ट बनाई रखियो, मिलते हैं तुम्हें नैक्सट वीडियो कुछ नवे टॉपिक कुछ नवे अपडेट्स के, टिल दैन खुश रहो, अपना ध्यान रखियो, सत श्री अकाल।